ਭਾਰਤ ਵਿੱਚ ਸਮੇਤ ਦਿੱਲੀ ਵਿੱਚ ਭਿਆਨਕ ਹਿੰਸਾ ਦੀ ਅੱਗ ਜਲਣ ਲੱਗੀ। ਸਿੱਖ ਕੌਮ ਵਿਰੁੱਧ ਖੌਫ ਤੇ ਨਫ਼ਰਤ ਦਾ ਧੂੰਆਂ ਚਾਰੇ ਪਾਸੇ ਫੈਲ ਗਿਆ। ਹਜ਼ਾਰਾਂ ਬੇਗੁਨਾਹ ਨਿਹੱਥੇ ਸਿੱਖ ਕਤਲ ਕਰ ਦਿੱਤੇ ਗਏ, ਲੱਖਾਂ ਬੇਘਰ ਹੋਏ, ਸੇਵਾ ਦੀਆਂ ਜਾਇਦਾਦਾਂ ਦੁੱਖ ਮਿਲੀਆਂ ਗਈਆਂ ਚਾਹ ਦਿੱਤੀਆਂ ਗਈਆਂ। ਜਿਸ ਦੀ ਲੋਅ ਵਿੱਚ ਹਾਰਪਰ ਨੇ ਭਾਰਤ ਪਹੁੰਚ ਕੇ ਕਿਹਾ
ਕਿ ਕੈਨੇਡੀਅਨ ਸਿੱਖਾਂ ਦੀ ਰਾਜਨੀਤਿਕ ਅਤੇ ਖਾਲਿਸਤਾਨ ਸੰਬੰਧੀ ਗਤੀਵਿਧੀਆਂ ਨੂੰ ਅੱਤਵਾਦ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਨਵੰਬਰ 2012 ਅਮਰੀਕੀ ਰਾਸ਼ਟਰਪਤੀ ਓਬਾਮਾ ਨੂੰ ਸਿੱਖ ਨਸਲਕੁਸ਼ੀ ਤੇ ਪਟੀਸ਼ਨ ਪਾਈ ਗਈ, ਜਿਸ ਦੇ ਜਵਾਬ ਦੇ ਵਿੱਚ ਓਬਾਮਾ ਸਰਕਾਰ ਨੇ ਮੰਨਿਆ ਕਿ ਜੂਨ 1984, ਨਵੰਬਰ 1984 ਅਤੇ ਪੰਜਾਬ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਅਤੇ ਉਹਨਾਂ ਦੀ ਸਰਕਾਰ ਨੇ ਅਮਰੀਕਾ ਦੇ ਵਿੱਚ ਇਸ ਬਾਬਤ ਰਿਪੋਰਟਾਂ ਦੇ ਵਿੱਚ ਛਾਪਿਆ। ਨਵੰਬਰ 1, 2013 ਯੂਨਾਈਟਿਡ ਨੇਸ਼ਨਸ ਜਨੇਵਾ ਦੇ ਸਾਹਮਣੇ ਸਿੱਖਾਂ ਦਾ ਭਾਰੀ ਇਕੱਠ ਹੋਇਆ ਅਤੇ ਯੂਨਾਈਟਿਡ ਨੇਸ਼ਨਸ ਜਨੇਵਾ ਦੀ ਮਨੁੱਖੀ ਅਧਿਕਾਰ ਕਾਉਂਸਿਲ ਕੋਲ ਨਵੰਬਰ 84 ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਇੱਕ ਕ੍ਰਿਮੀਨਲ ਕੰਪਲੇਂਟ ਭਾਰਤ ਖਿਲਾਫ਼ ਦਾਇਰ ਕੀਤੀ ਗਈ। ਨਵੰਬਰ 7, 2014 ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਨਿਊਯਾਰਕ ਵਿੱਚ ਕ੍ਰਿਮੀਨਲ ਕੰਪਲੇਂਟ ਦੀ ਸੁਣਵਾਈ ਹੋਈ, ਜੋ ਨਵੰਬਰ 1, 2013 ਨੂੰ ਯੂਨਾਈਟਿਡ ਨੇਸ਼ਨ ਜਨੇਵਾ ਵਿੱਚ ਦਾਇਰ ਕੀਤੀ ਗਈ ਸੀ, ਜਿਹਦੇ ਵਿੱਚ ਜਸਵੀਰ ਸਿੰਘ ਦਿੱਲੀ ਨੇ ਬਤੌਰ ਮੁੱਖ ਗਵਾਹ, ਮਨਿੰਦਰ ਸਿੰਘ ਨੇ ਗਵਾਹ ਅਤੇ ਦਿੱਲੀ ਜਸਵੀਰ ਕੌਰ ਲੁਧਿਆਣਾ ਨੇ ਆਪਣੀਆਂ ਗਵਾਹੀਆਂ ਦਰਜ ਕਰਵਾਈਆਂ। ਨਵੰਬਰ 1984 ਸਿੱਖ ਨਸਲਕੁਸ਼ੀ ਦੀ ਰਿਪੋਰਟ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਬੌਨ ਸੀ ਮੂਨ ਨੂੰ ਪਹੁੰਚਾਈ ਗਈ। ਨਵੰਬਰ 84 ਸਿੱਖ ਨਸਲਕੁਸ਼ੀ ਦੀ ਲਹਿਰ ਕੈਲੀਫੋਰਨੀਆ ਤੋਂ ਸ਼ਿਕਾਗੋ ਤੱਕ ਉੱਠਦੀ ਹੋਈ ਤੇ ਮਾਨਤਾ ਪ੍ਰਾਪਤ ਕਰਦੀ ਹੋਈ ਕੈਨੇਡਾ ਆਣ ਪੁੱਜੀ। ਓਨਟਾਰੀਓ ਕੈਨੇਡਾ ਦੀ ਪਾਰਲੀਮੈਂਟ ਵਿੱਚ ਮਤਾ ਪਾਸ ਕੀਤਾ ਗਿਆ ਕਿ ਨਵੰਬਰ 1984 ਸਿੱਖ ਦੰਗੇ ਨਹੀਂ ਸਿੱਖ ਨਸਲਕੁਸ਼ੀ ਸੀ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ 2014 ਵਿੱਚ ਅਤੇ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ 2013 ਵਿੱਚ ਕੈਨੇਡਾ ਦੀ ਅਦਾਲਤ ਅਤੇ ਪ੍ਰਧਾਨ ਮੰਤਰੀ ਕੈਨੇਡਾ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਕਿ ਇਹਨਾਂ ਨੇ ਆਪਣੇ ਅਹੁਦਿਆਂ ਦਾ ਦੁਰਉਪਯੋਗ ਕਰਦਿਆਂ ਮਨੁੱਖੀ ਅਧਿਕਾਰਾਂ ਦਾ ਹਨਨ ਕੀਤਾ ਹੈ। ਇਹਨਾਂ ਨੇ ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਸੁਰੱਖਿਆ ਛਤਰੀ ਪ੍ਰਦਾਨ ਕੀਤੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਭਾਰਤੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਅਤੇ 90 ਦੇ ਦਹਾਕੇ ਵਿੱਚ ਕੈਨੇਡੀਅਨ ਸਿੰਘਾਂ ਨੂੰ ਸ਼ਹੀਦ ਕੀਤਾ। 14 ਤੋਂ 16 ਅਪ੍ਰੈਲ 2015 ਮੋਦੀ ਦਾ ਕੈਨੇਡਾ ਦੌਰਾ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤਹਿਤ ਕੈਨੇਡਾ ਦੇ ਕਾਨੂੰਨ ਦੀ ਧਾਰਾ IRTA ਸੈਕਸ਼ਨ 35(1) ਅਧੀਨ ਮੋਦੀ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਗਿਆ। ਸ਼ਿਕਾਇਤਕਰਤਾ ਗੁਰਪਤਵੰਤ ਸਿੰਘ ਪੰਨੂ, ਕਾਨੂੰਨੀ ਸਲਾਹਕਾਰ ਸਿੱਖ ਫੌਰ ਜਸਟਿਸ ਨੇ ਇਹ ਦੋਸ਼ ਲਾਇਆ ਕਿ BJP ਅਤੇ RSS ਨੇ ਹਿੰਦੂ ਧਰਮ ਦਾ ਏਜੰਡਾ ਫੈਲਾਉਣ ਲਈ ਧਰਮ ਪਰਿਵਰਤਨ ਦੀ ਮੁਹਿੰਮ ਚਲਾਈ ਹੋਈ ਹੈ। 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਮੋਦੀ ਨੇ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਤੇ ਤਸ਼ੱਦਦ ਘਟਾਏ ਤੇ ਕਤਲੇਆਮ ਕਰਵਾ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਅਪਰਾਧ ਕੀਤਾ ਹੈ। 7 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਕੈਨੇਡਾ ਦੀ ਅਦਾਲਤ ਨੇ ਮੰਨਿਆ ਕਿ ਮੋਦੀ ਖਿਲਾਫ਼ ਮੁਕੱਦਮਾ ਚਲਾਉਣ ਲਈ ਉਸਦਾ ਸਬੂਤ ਕਾਫ਼ੀ ਨਹੀਂ। ਅਦਾਲਤ ਨੇ ਮੋਦੀ ਖਿਲਾਫ਼ ਸੰਮਨ ਜਾਰੀ ਕੀਤੀ ਪਰ ਆਖਰੀ ਪਲਾਂ 'ਤੇ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਲਾਭ ਦਿੰਦਿਆਂ ਕੈਨੇਡਾ ਦੇ ਅਟਾਰਨੀ ਜਨਰਲ ਮੈਕੇ ਨੇ ਸੰਮਨਾਂ ਦੀ ਤਾਮੀਲ 'ਤੇ ਰੋਕ ਲਾ ਦਿੱਤੀ, ਜਿਸ ਦੀ ਚਰਚਾ ਦੁਨੀਆ ਦੇ ਅਖ਼ਬਾਰਾਂ ਵਿੱਚ ਹੋਈ। 25 ਅਪ੍ਰੈਲ 2016 ਕੈਪਟਨ ਅਮਰਿੰਦਰ ਤੇ ਫੌਜਦਾਰੀ ਮੁਕੱਦਮਾ ਤੇ ਕੈਨੇਡਾ ਦਾਖਲੇ ਤੇ ਲੱਗੀ ਰੋਕ। 2002 ਤੋਂ 2007 ਤੱਕ
ਪੰਜਾਬ ਦੀ ਸੱਤਾ ਤੇ ਕਾਬਜ਼ ਰਹਿੰਦਿਆਂ ਕੈਪਟਨ ਅਮਰਿੰਦਰ ਨੇ ਸਿੱਖ ਨੌਜਵਾਨਾਂ ਤੇ ਅੰਨਾ ਤਸ਼ੱਦਦ ਟਾਇਆ। ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤਨਾਹੀ ਕੀਤੀ ਜਿਨ੍ਹਾਂ ਨੇ ਸਿੱਖ ਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਭਾਰਤੀ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇਹ ਵਿਦਿਆ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਦੇ ਐਕਟ ਅਧੀਨ ਉਸ ਫੌਜਦਾਰੀ ਮੁਕਦਮੇ ਵਿੱਚ ਦਰਜ ਕੀਤੀ ਗਈ ਜੋ ਕੈਪਟਨ ਅਮਰਿੰਦਰ ਖਿਲਾਫ਼ ਓਨਟਾਰੀਓ ਕੈਨੇਡਾ ਦੀ ਕੋਰਟ ਵਿੱਚ ਦਾਇਰ ਕੀਤਾ ਗਿਆ। ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਦੀ ਸ਼ਿਕਾਇਤ ਤੇ ਟਰੂਡੋ ਸਰਕਾਰ ਨੇ ਕੈਪਟਨ ਅਮਰਿੰਦਰ ਦੇ ਕੈਨੇਡਾ ਦਾਖਲੇ ਤੇ ਪਾਬੰਦੀ ਲਾ ਦਿੱਤੀ। ਇਸ ਵਿੱਚ ਲਿਖਿਆ ਗਿਆ ਸੀ ਕਿ ਕੈਪਟਨ ਅਮਰਿੰਦਰ ਦੀਆਂ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਕੈਨੇਡਾ ਦੇ ਕਾਨੂੰਨ ਦੇ ਖਿਲਾਫ ਨਹੀਂ। ਅਗਸਤ 12, 2016 ਚਰਨਜੀਤ ਸ਼ਰਮਾ ਐਸਐਸਏ ਪੰਜਾਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਤੇ ਬੈਠੇ ਸਿੱਖਾਂ ਤੇ 14 ਅਕਤੂਬਰ 2015 ਨੂੰ ਗੋਲੀਆਂ ਚਲਾਈਆਂ, ਜਿਸ ਦੇ ਸਿੱਟੇ ਵਜੋਂ 2 ਸਿੱਖ ਨੌਜਵਾਨ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਸ਼ਰਮਾ ਦੀ ਕੈਨੇਡਾ ਫੇਰੀ ਦੌਰਾਨ ਸ਼ਰਮਾ ਵਿਰੁੱਧ ਅਦਾਲਤ ਵਿੱਚ ਫੌਜਦਾਰੀ ਮੁਕੱਦਮਾ ਦਾਇਰ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਸ਼ਰਮਾ ਕੈਨੇਡਾ ਹਕੂਮਤ ਦੇ ਕਾਬਿਲ ਆਉਂਦਾ ਪਤਨ ਦੇ ਵਿੱਚ ਕਾਮਯਾਬ ਹੋ ਗਿਆ। ਮਈ 25, 2017 ਕੈਨੇਡਾ ਸਰਕਾਰ ਕੋਲ CRPF ਦੇ ਆਈਜੀ ਸੁਰਿੰਦਰ ਸਿੰਘ ਢਿੱਲੋਂ ਖਿਲਾਫ਼ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਕਰਨ ਅਤੇ ਨਿਰਪੱਖ ਅਦਾਲਤ ਸਿੱਖਾਂ ਦਾ ਕਤਲੇਆਮ ਕਰਨ ਦੇ ਦੋਸ਼ ਦਰਜ ਕਰਵਾਏ ਗਏ, ਜਿਸ 'ਤੇ ਕੈਨੇਡਾ ਸਰਕਾਰ ਨੇ ਕਾਰਵਾਈ ਕਰਦਿਆਂ ਸੁਰਿੰਦਰ ਢਿੱਲੋਂ ਦਾ ਵੀਜ਼ਾ ਰੱਦ ਕਰਕੇ ਵੈਨਕੂਵਰ ਏਅਰਪੋਰਟ ਤੋਂ ਵਾਪਸ ਭਾਰਤ ਭੇਜਿਆ। ਸਿੱਖ ਕੌਮ ਦੇ ਕਾਤਲਾਂ ਅਤੇ ਗਦਾਰਾਂ ਖਿਲਾਫ਼ ਮੋਰਚੇ ਖੋਲ੍ਹੇ, ਉੱਥੇ ਸਿੱਖ ਕੌਮ ਦੇ ਸਿੰਘ ਸੂਰਿਆਂ ਲਈ ਆਵਾਜ਼ ਵੀ ਬੁਲੰਦ ਕੀਤੀ ਤੇ ਮੁਕੱਦਮੇ ਲੜੇ। ਜਥੇਦਾਰ ਭਾਈ ਜਗਤਾਰ ਸਿੰਘ ਖਵਾੜਾ ਦੀ ਰਿਹਾਈ ਲਈ ਵਾਈਟ ਹਾਊਸ ਨੂੰ ਪਟੀਸ਼ਨ ਪਾਈ ਗਈ। ਦਸ ਦਸੰਬਰ 2015 ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਉਹਨਾਂ ਦੀ ਰਿਹਾਈ ਲਈ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਤੱਕ ਮਾਰਚ ਕੱਢਿਆ ਗਿਆ ਤੇ ਅਰਦਾਸ ਕੀਤੀ ਗਈ। ਕਿਰਪਾ ਕਰੋ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਬੱਚੇ ਪਾਤਸ਼ਾਹ ਅਕਾਲ ਤਖ਼ਤ ਸਾਹਿਬ ਉਹਨਾਂ ਦੀ ਰਿਹਾਈ। ਤਿਹਾਰ ਜੇਲ੍ਹ ਵਿੱਚ ਉਹਨਾਂ ਤੇ ਹੋ ਰਹੇ ਤਸ਼ੱਦਦ ਖਿਲਾਫ਼ ਯੂਨਾਈਟਿਡ ਨੇਸ਼ਨ ਨੂੰ ਪਟੀਸ਼ਨ ਪਾਈ ਗਈ। ਦਸੰਬਰ 18, 2015 ਭਾਈ ਪਰਮਜੀਤ ਸਿੰਘ ਪੰਨਾ ਸਿੱਖ ਕਾਰਕੁਨ ਨੂੰ ਇੰਟਰਪੋਲ ਦੀ ਮਦਦ ਨਾਲ ਤਤਕਾਲ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ ਸਨ RSS ਪ੍ਰਧਾਨ ਰਵਿੰਦਰ ਸਿੰਘ ਦਾ ਕਤਲ ਤੇ ਪਟਿਆਲਾ ਅੰਬਾਲਾ ਵਿੱਚ ਬੰਬ ਧਮਾਕੇ ਕਰਨਾ। ਭਾਈ ਪੰਨਾ ਦੀ ਭਾਰਤ ਹਵਾਲਗੀ ਨੂੰ ਰੋਕਣ ਲਈ ਉਸ ਕਾਲ ਵਿੱਚ ਗੁਰਪ੍ਰਵਾਨ ਸਿੰਘ ਪੰਨੂ ਕਾਨੂੰਨੀ ਸਲਾਹਕਾਰ ਸਿੱਖ ਫਾਰ ਜਸਟਿਸ ਨੇ ਆਪਣੇ ਵਕੀਲਾਂ ਦੇ ਸਹਿਯੋਗ ਨਾਲ ਲਗਭਗ 2 ਮਹੀਨਿਆਂ ਤੋਂ ਉੱਪਰ ਦੇ ਸਮੇਂ ਦੀ ਕਾਨੂੰਨੀ ਜੰਗ ਲੜ ਕੇ ਭਾਈ ਪੰਮਾ ਦੀ ਪੁਰਤਗਾਲ ਤੋਂ ਭਾਰਤ ਹਵਾਲਗੀ ਖਾਰਜ ਕਰਵਾਈ ਤੇ 9 ਮਾਰਚ 2016 ਨੂੰ ਰਿਹਾਈ ਹੋਈ ਤੇ ਭਾਰਤ ਇੰਗਲੈਂਡ ਪਹੁੰਚਾਇਆ। ਭਾਰਤੀ ਹਕੂਮਤ ਵੱਲੋਂ ਹਰਦੀਪ ਸਿੰਘ ਮਿੱਜਰ ਉੱਪਰ ਇਲਜ਼ਾਮ ਲੱਗਦਾ ਹੈ ਕਿ ਉਹ ਸਿੱਖ ਨੌਜਵਾਨਾਂ ਨੂੰ ਵੈਨਕੂਵਰ ਵਿੱਚ ਹਥਿਆਰਾਂ ਦੀ ਸਿਖਲਾਈ ਦਿੰਦਾ ਹੈ ਤੇ ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਕਰਨ ਲਈ ਸਿੱਖਾਂ ਨੂੰ ਪ੍ਰੇਰਦਾ ਹੈ। ਸਿੱਖ ਫਾਰ ਜਸਟਿਸ ਨੇ ਹਰਦੀਪ ਸਿੰਘ ਮਿੱਜਰ ਦੇ ਹੱਕ ਵਿੱਚ ਲਾਬੀ ਕੀਤੀ ਕਿ ਭਾਰਤੀ ਹਕੂਮਤ ਵੱਲੋਂ ਮਿੱਜਰ 'ਤੇ ਲੱਗੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਨੇ।
6 जनवरी 2016 ਭਾਈ ਜਗਤਾਰ ਸਿੰਘ ਤਾਰਾ ਗ੍ਰਿਫਤਾਰੀ ਭਾਈ ਜਗਤਾਰ ਸਿੰਘ ਤਾਰਾ ਨੂੰ ਬੇਅੰਤੇ ਨੂੰ ਮਾਰਨ ਦੇ ਮੁਕੱਦਮੇ ਵਿੱਚ ਭਾਰਤੀ ਹਕੂਮਤ ਦੇ ਕਹਿਣ 'ਤੇ 6 ਜਨਵਰੀ 2015 ਨੂੰ ਇੰਟਰਪੋਲ ਦੀ ਮਦਦ ਨਾਲ ਥਾਈਲੈਂਡ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਸਿੱਖ ਫੋਰ ਜਸਟਿਸ ਭਾਈ ਤਾਰਾ ਦੀ ਭਾਰਤ ਹਵਾਲਗੀ ਨੂੰ ਰੋਕਣ ਲਈ ਪਹੁੰਚਦੀ, ਉਸ ਤੋਂ ਪਹਿਲਾਂ ਭਾਰਤੀ ਹਕੂਮਤ ਭਾਈ ਤਾਰਾ ਦੇ ਭਾਰਤ ਹਵਾਲਗੀ ਦੇ ਦਸਤਾਵੇਜ਼ ਥਾਈਲੈਂਡ ਕੋਰਟ ਤੋਂ ਹਾਸਲ ਕਰ ਚੁੱਕੀ ਸੀ। ਭਾਰਤ ਵਿੱਚ ਸਿੱਖ ਕੌਮ ਦੀਆਂ ਨਸਲਾਂ ਭਾਰਤੀ ਸੰਵਿਧਾਨ ਅਤੇ ਹਿੰਦੂ ਹਾਕਮਾਂ ਦੀ ਗੁਲਾਮੀ ਹੇਠ ਜੰਮਦੀਆਂ ਨੇ ਅਤੇ ਗੁਲਾਮੀ ਹੇਠ ਹੀ ਫੌਤ ਹੋ ਜਾਂਦੀਆਂ ਨੇ। ਭਾਰਤੀ ਸੰਵਿਧਾਨ ਵੱਲੋਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਐਲਾਨਣ ਦਾ ਅਰਥ ਹੈ ਸਿੱਖ ਧਰਮ ਅਤੇ ਕੌਮ ਦੇ ਨਿਆਰੇਪਣ ਨੂੰ ਖਤਮ ਕਰਨਾ। ਸਿੱਖ ਧਰਮ ਅਤੇ ਕੌਮ ਦੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਸਿੱਖ ਫੋਰ ਜਸਟਿਸ ਵੱਲੋਂ ਸਿੱਖ ਹਿੰਦੂ ਨਹੀਂ ਮੁਹਿੰਮ ਗੱਡੀ ਗਈ, ਜਿਸ ਦੇ ਤਹਿਤ ਇੱਕ ਪਟੀਸ਼ਨ ਵਾਈਟ ਹਾਊਸ ਨੂੰ ਪਾਈ ਗਈ, ਜਿਸ ਦੀ ਲੋੜ ਵਿੱਚ ਓਬਾਮਾ ਨੇ ਆਪਣੇ 26 ਜਨਵਰੀ ਦੇ ਭਾਰਤ ਦੌਰੇ 'ਤੇ ਸੰਗਿਆਨ ਲੈਂਦਿਆਂ ਕਿਹਾ। Across our two great countries, we have Hindus and Muslims, Christians, Sikhs, and Jews, and Buddhists, Jains, and so many faiths. And we remember the wisdom of Gandhiji, who said, "For me, the different religions are beautiful flowers from the same garden. For they are branches of the same majestic tree." Branches of the same majestic tree. Our freedom of religion is written into our founding documents. It's part of America's very first amendment. Your Article 25 says that all people are equally entitled to freedom of conscience and the right freely to profess, practice, and propagate religion. In both our countries, in all countries, upholding this fundamental freedom is the responsibility of government, but it's also the responsibility of every person. ਕੈਨੇਡਾ ਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਦੋਂ ਭਾਰਤ ਪਹੁੰਚਿਆ ਤਾਂ ਉਸ ਦੇ ਖਾਲਿਸਤਾਨ ਪੱਖੀ ਹੋਣ ਦੇ ਇਲਜ਼ਾਮ ਲਾ ਕੇ ਭਾਰਤੀ ਹਕੂਮਤ ਵੱਲੋਂ ਅਣਦੇਖਿਆ ਕਰ ਦਿੱਤਾ ਗਿਆ ਅਤੇ ਕੈਨੇਡਾ ਦੇ ਕਈ ਮੰਤਰੀਆਂ ਤੇ ਖਾਲਿਸਤਾਨ ਦੇ ਹਮਾਇਤੀ ਹੋਣ ਦੇ ਦੋਸ਼ ਲਾਏ ਗਏ, ਜਿਸ ਦੀ ਸਿੱਖ ਫੋਰ ਜਸਟਿਸ ਵੱਲੋਂ ਕੜੀ ਨਿੰਦਿਆ ਕੀਤੀ ਗਈ। ਟਰੂਡੋ ਦੀ ਭਾਰਤ ਫੇਰੀ ਤੋਂ ਪਹਿਲਾਂ ਭਾਰਤੀ ਹਕੂਮਤ ਨੇ ਇੱਕ ਵਾਰ ਫੇਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਅੱਤਵਾਦੀ ਅਤੇ ਦੇਸ਼ ਧਰੋਹੀ ਕਹਿਣਾ ਸ਼ੁਰੂ ਕਰ ਦਿੱਤਾ। ਸਿੱਖ ਕਾਰਕੁਨਾਂ ਵੱਲੋਂ ਇੱਕ ਈਮੇਲ ਮੁਹਿੰਮ ਕੱਢੀ ਗਈ, ਜਿਸ ਵਿੱਚ ਕਿਹਾ ਗਿਆ ਕਿ ਕੈਨੇਡਾ ਵਿੱਚ ਖਾਲਿਸਤਾਨ ਅਤੇ ਰੈਫਰੈਂਡਮ ਦੀ ਗੱਲ ਕਰਨਾ ਅੱਤਵਾਦ ਨਹੀਂ, ਇਹ ਸਾਡਾ ਰਾਜਨੀਤਿਕ ਹੱਕ ਹੈ, ਜਿਸ ਦਾ ਸਿੱਖ ਕੌਮ ਵੱਲੋਂ ਧਰਮਾਂ ਸਮਰਥਨ ਮਿਲਿਆ। ਰੈਫਰੈਂਡਮ 2020 ਮੁਹਿੰਮ ਦਾ ਆਗਾਜ਼ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਆਜ਼ਾਦ ਹਸਤੀ ਅਤੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਪੰਜਾਬ ਦੀ ਭਾਰਤੀ ਕਬਜ਼ੇ ਚੋਂ ਆਜ਼ਾਦੀ ਜ਼ਰੂਰੀ ਹੈ ਅਤੇ ਇਸਦਾ ਸੰਕਲਪ ਸਿੱਖ ਫੋਰ ਜਸਟਿਸ ਮੁਹਿੰਮ ਨੇ ਨਵੰਬਰ 2007 ਵਿੱਚ ਲੈ ਲਿਆ, ਜਿਸ ਦਾ ਐਲਾਨ ਅਕਾਲ ਤਖ਼ਤ ਸਾਹਿਬ ਦੇ ਢਾਹੇ ਜਾਣ ਦੇ 3 ਵਰ੍ਹੇ ਵਿੱਚ ਕੀਤਾ ਗਿਆ June 2014 ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨ ਹੈੱਡਕੁਆਰਟਰ ਦੇ ਸਾਹਮਣੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ 2020 ਸਿੱਖ ਰੈਫਰੈਂਡਮ 2020 ਜਿਸ ਨੂੰ ਕਲਮਾਂ ਦੇ ਹਥਿਆਰਾਂ ਨਾਲ ਹਾਸਲ ਕੀਤਾ ਜਾਵੇਗਾ।
ਵਿੱਚ ਇਸ ਰੈਫਰੈਂਡਮ 2020 ਮੁਹਿੰਮ ਦਾ ਆਗਾਜ਼ 2017 ਵਿੱਚ ਆਜ਼ਾਦੀ ਹੀ ਹੱਲ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ 2020 ਦੇ ਬੈਨਰ ਅਤੇ ਪੋਸਟਰ ਲਾ ਕੇ ਕੀਤਾ ਗਿਆ। ਬੁਖਲਾਟ ਵਿੱਚ ਆਈ ਭਾਰਤੀ ਦਹਿਸ਼ਤਗਰਦ ਹਕੂਮਤ ਨੇ ਗੁਰਪਤਵੰਤ ਸਿੰਘ ਪੰਨੂ, ਕਾਨੂੰਨੀ ਸਲਾਹਕਾਰ ਸਿੱਖ ਸੋਲ ਜਸਟਿਸ ਜਗਜੀਤ ਸਿੰਘ, ਸਿੱਖ ਕਾਰਕੁਨ ਅਤੇ ਬਾਬਾ ਜਗ ਸਿੰਘ ਦੇ ਵਿਰੁੱਧ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰ ਦਿੱਤੇ। ਗੁਰਦੁਆਰਿਆਂ ਵਿੱਚ ਅਤੇ ਕੰਧਾਂ ਤੇ ਰੈਫਰੈਂਡਮ 2020 ਦੇ ਪੋਸਟਰ ਅਤੇ ਛੱਪੇ ਲੱਗਣੇ ਸ਼ੁਰੂ ਹੋ ਗਏ। ਗੁਰੂ ਗ੍ਰੰਥ ਤੇ ਗੁਰੂ ਪੰਥ ਅੱਜ ਆਪ ਪੰਜਾਬ ਵਿੱਚ ਹੀ ਮਹਿਫੂਜ਼ ਰਹਿ ਸਕਦੇ ਨੇ, ਭਾਰਤ ਵਿੱਚ ਨਹੀਂ। ਹਰ ਸਿੱਖ ਨੂੰ ਆਪਣੇ ਵੈਰ ਜ਼ਰੂਰ ਤਿਆਗ ਕੇ ਰੱਖਣ ਦੀ ਕੋਈ ਮੁਹਿੰਮ ਨਾਲ ਜੁੜਨਾ ਪਵੇਗਾ। Yeah.